ਗੁਰੂ ਕੀ ਨਗਰੀ ਵਿੱਚ 17ਵਾਂ ਪਾਈਟੈਕਸ ਮੇਲੇ ਦੇ ਸ਼ੁਰੂਆਤੀ ਦੌਰ ਦੇ ਵਿੱਚ ਪਹੁੰਚੇ ਕੈਬਨਿਟ ਮੰਤਰੀ ਹਰਭਜਨ ਸਿੰਘ ETO। ਕੈਬਨਿਟ ਮੰਤਰੀ ਹਰਭਜਨ ਸਿੰਘ ETO ਨੇ ਇਸ ਮੌਕੇ ਕਿਹਾ, ਪੰਜਾਬ ਸਰਕਾਰ ਦੀਆਂ ਜੋ ਵੀ ਇੰਡਸਟਰੀ ਪਾਲਿਸੀ ਹੈ ਅਸੀਂ ਪ੍ਰਮੋਟ ਕਰ ਰਹੇ ਹਾਂ, ਸਾਡਾ ਪੰਜਾਬ ਦਾ ਐਕਸਪੋਰਟ ਹੋਰ ਵਧੇ। ਉਨ੍ਹਾਂ ਇਹ ਵੀ ਕਿਹਾ ਕਿ 6 ਦੇਸ਼ਾਂ ਤੇ ਭਾਰਤ ਦੇ 9 ਸੂਬਿਆਂ ਦੇ ਵਿੱਚ ਲੋਕ ਇੱਥੇ ਅੱਜ ਮੇਲੇ ਦੇ ਵਿੱਚ ਭਾਗ ਲੈਣ ਦੇ ਲਈ ਪਹੁੰਚ ਰਹੇ ਨੇ। 550 ਦੇ ਕਰੀਬ ਮੇਲੇ ਦੇ ਵਿੱਚ ਵੱਖ ਵੱਖ ਚੀਜ਼ਾਂ ਦੇ ਸਟਾਲ ਲਗਾਏ ਗਏ ਨੇ। ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਇਸ ਮੌਕੇ ਇਹ ਵੀ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦਾ ਨਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਮੇਲੇ ਨੂੰ ਲੈ ਕੇ ਰੋਸ਼ਨ ਹੋਵੇ। ਉਨ੍ਹਾਂ ਕਿਹਾ, ਇਸ ਮੇਲੇ ਨੂੰ ਲੈ ਕੇ ਅਸੀਂ ਵਪਾਰੀਆਂ ਦੀ ਸਹੂਲਤਾਂ ਦੇ ਲਈ ਪੁਖਤਾ ਇੰਤਜ਼ਾਮ ਵੀ ਕੀਤੇ ਨੇ। ਸੋ ਲੋਕਾਂ ਨੂੰ ਅਪੀਲ ਹੈ, ਵੱਧ ਤੋਂ ਵੱਧ ਇਸ ਮੇਲੇ ਦੇ ਵਿੱਚ ਪਹੁੰਚੋ ਤੇ ਮੇਲੇ ਦੀ ਰੌਣਕ ਨੂੰ ਹੋਰ ਵਧਾਓ। ਦੇਖੋ, 17ਵਾਂ ਪਾਈਟੈਕਸ ਮੇਲਾ ਸਾਡੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਜਿਹੜਾ ਇਹਦਾ ਆਯੋਜਨ ਕੀਤਾ ਜਾ ਰਿਹਾ। ਸੋ ਜੋ ਵੀ ਐਕਸਪੋਰਟ ਨੀਤੀਆਂ ਨੇ ਪੰਜਾਬ ਸਰਕਾਰ ਦੀਆਂ, ਇੰਡਸਟਰੀਅਲ ਪਾਲਿਸੀ ਹੈ ਜੋ, ਉਹ ਅਸੀਂ ਪ੍ਰਮੋਟ ਕਰ ਰਹੇ ਹਾਂ ਤਾਂ ਕਿ ਸਾਡਾ ਪੰਜਾਬ ਦਾ ਐਕਸਪੋਰਟ ਜਿਹੜਾ ਆ ਹੋਰ ਵਧੇ। ਸਾਡੇ ਲਗਭਗ 9 ਸਟੇਟਸ ਤੋਂ ਅਤੇ 6 ਕੰਟਰੀਜ਼ ਤੋਂ ਜਿਹੜੇ ਹੈਗੇ ਨੇ ਐਂਟਰਪ੍ਰੀਨਿਓਰਸ, ਉਹ ਇੱਥੇ ਪਾਰਟੀਸਪੇਟ ਕਰ ਰਹੇ ਨੇ। ਕੁਝ 550 ਐਗਜੀਬਿਸ਼ਨਸ ਜਿਹੜੀਆਂ ਨੇ ਉਹ ਲੱਗ ਰਹੀਆਂ ਨੇ। ਸੋ ਮੈਂ ਸਮਝਦਾ ਕਿ ਜਿਸ ਤਰ੍ਹਾਂ ਅੰਮ੍ਰਿਤਸਰ ਇੱਕ ਪਵਿੱਤਰ ਸ਼ਹਿਰ ਆ, ਧਾਰਮਿਕ ਸਥਾਨ ਆ, ਇਸੇ ਤਰ੍ਹਾਂ ਹੀ ਐਕਸਪੋਰਟ ਦੇ ਵਿੱਚ ਨਾਲ ਨਾਲ ਵੀ ਜਿਹੜਾ ਇਹ ਇੱਕ ਉੱਚ ਪੁਜੀਸ਼ਨ 'ਤੇ ਜਿਹੜਾ ਇਹ ਸ਼ਹਿਰ ਜਾਵੇ। ਸੋ ਅਸੀਂ ਇਹ ਸਾਰਾ ਇੱਥੇ ਆਯੋਜਨ ਕੀਤਾ। ਸਾਡੇ ਅਧਿਕਾਰੀ ਸਾਹਿਬਾਨ ਜਿਹੜੇ 4 ਦਿਨ ਤੱਕ ਇਹਨੇ ਮੇਲਾ ਇਹ ਚੱਲਣਾ। ਸੋ ਲਗਭਗ 3 ਲੱਖ ਦੀ ਫੁੱਟਫਾਲ ਇੱਥੇ ਹੋਣ ਦੇ ਆਸਾਰ ਨੇ। ਜਿਸ ਤਰ੍ਹਾਂ ਲੋਕਾਂ ਦਾ ਉਤਸ਼ਾਹ ਹੈ, ਸ਼ਾਇਦ ਇਸ ਤੋਂ ਵੀ ਜ਼ਿਆਦਾ ਵੱਧ ਜੇ। ਸੋ ਅਸੀਂ ਪੂਰੇ ਲੋਕਾਂ ਨੂੰ ਐਂਡ ਜਿਹੜੇ ਇੰਡਸਟਰੀਅਲਿਸਟ ਨੇ ਉਹਨਾਂ ਨੂੰ ਫੈਸਿਲੀਟੇਟ ਕਰਨ ਵਾਸਤੇ ਸਾਰੀਆਂ ਹੀ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਕੀਤੇ ਹੋਏ ਨੇ। ਸੋ ਮੈਂ ਅੰਮ੍ਰਿਤਸਰ ਵਾਸੀਆਂ ਨੂੰ ਆਲੇ ਦੁਆਲੇ ਦੇ ਜਿੰਨੇ ਵੀ ਲੋਕ ਨੇ ਸਭ ਨੂੰ ਅਪੀਲ ਕਰੂੰਗਾ ਕਿ ਉਹ ਇਸ ਪਾਈਟੈਕਸ ਮੇਲੇ ਦੇ ਵਿੱਚ ਪਾਰਟੀਸਪੇਟ ਕਰਨ ਔਰ ਨਵੀਆਂ ਜੋ ਟੈਕਨੋਲੋਜੀਜ਼ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਔਰ ਉਹਨਾਂ ਨੂੰ ਅਪਣਾਉਣ ਤਾਂ ਕਿ ਅਸੀਂ ਇੱਕ ਵਧੀਆ ਜਿਹੜਾ ਵਧੀਆ ਇਨਵਾਇਰਮੈਂਟ ਸਿਰ ਸਕੀਏ, ਵਧੀਆ ਇੱਕ ਆਪਣਾ ਸਿਸਟਮ ਬਣਾ ਸਕੀਏ। ਸੋ ਇਸੇ ਹੀ ਤਹਿਤ ਆ ਜੀ। ਜੀ ਜੀ ਦੇਖੋ 60,000 ਕਰੋੜ ਦੀ ਇਨਵੈਸਟਮੈਂਟ ਪੰਜਾਬ ਦੇ ਵਿੱਚ ਆ ਚੁੱਕੀ ਹੈ। 11,500 ਕਰੋੜ ਰੁਪਇਆ ਫੋਕਲ ਪੁਆਇੰਟਸ ਜਿਹੜੇ ਨੇ ਉਹਨਾਂ ਦੀ ਰੈਨੋਵੇਸ਼ਨ ਵਾਸਤੇ, ਉਹਨਾਂ ਨੂੰ ਮੁੜ ਸੁਰਜੀਤ ਕਰਨ ਵਾਸਤੇ ਅਸੀਂ ਜਿਹੜਾ ਆ ਉਹ ਲਗਾ ਰਹੇ ਹਾਂ। ਸੋ ਅਸੀਂ ਐਕਸਪੋਰਟ ਨੂੰ, ਇੰਡਸਟਰੀ ਨੂੰ ਪ੍ਰਮੋਟ ਕਰਨ ਵਾਸਤੇ ਪੰਜਾਬ ਸਰਕਾਰ ਨੇ ਆਪਣੀ ਇੱਕ ਇੰਡਸਟਰੀਅਲ ਪਾਲਿਸੀ ਵੀ ਜਿਹੜੀ ਆ ਉਹ ਰਿਲੀਜ਼ ਕੀਤੀ ਆ, ਜਿਹੜੀ ਕਿ ਕਾਫੀ ਬੈਨੀਫਿਸ਼ੀਅਲ ਫੋਰ ਦਾ ਇੰਡਸਟਰੀਅਲਿਸਟ। ਸੋ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਪੂਰੀ ਕੰਡਿਊਸਿਵ ਇਨਵਾਇਰਮੈਂਟ ਸਿਰਜਣ ਵਾਸਤੇ, ਇੰਡਸਟਰੀ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਵਾਸਤੇ ਤਤਪਰ ਨੇ। ਉਹ ਆਪਦੇ ਜਿੰਨੇ ਵੀ ਅਧਿਕਾਰੀ ਨੇ
ਇੰਡਸਟਰੀਜ਼ ਦੇ ਵਿੱਚ ਜਾਂ ਦੂਸਰੇ ਹਮੇਸ਼ਾ ਹੀ ਸਮੇਂ ਸਮੇਂ 'ਤੇ ਇੰਸਟਰਕਸ਼ਨ ਜਿਹੜੀਆਂ ਨੇ ਉਹ ਜਾਰੀ ਕਰਦੇ ਰਹਿੰਦੇ ਨੇ। ਦੇਖੋ ਸਾਡੇ ਬਿਜਲੀ ਦੇ ਰੇਟ ਕੋਈ ਜ਼ਿਆਦਾ ਨਹੀਂ, ਅਸੀਂ ਸਬਸਿਡੀ ਜਿਹੜੀ ਆ ਇੰਡਸਟਰੀ ਨੂੰ ਸਬਸਿਡੀ ਦੇ ਰਹੇ ਹਾਂ, ਔਰ ਜਿੰਨੀ ਸਬਸਿਡੀ ਪਹਿਲਾਂ ਸੀਗੀ ਅਸੀਂ ਉਹਦੇ ਵਿੱਚ ਕੋਈ ਵੀ ਕਟੌਤੀ ਨਹੀਂ ਕੀਤੀ। ਰਾਂਦਰਾ ਜੇ ਕਿਹਾ ਜਾਂਦਾ ਸੀਗਾ ਕਿ 600 ਯੂਨਿਟ ਬਿਜਲੀ ਫਰੀ ਦੇਣ ਦੇ ਨਾਲ ਬਰਡਨ ਹੋਰ ਵਧੇਗਾ ਅਤੇ ਦੂਜੀਆਂ ਸਬਸਿਡੀਜ਼ ਖਤਮ ਹੋਣਗੀਆਂ, ਅਸੀਂ ਕੋਈ ਵੀ ਨਾ ਇੰਡਸਟਰੀ ਦੇ ਵਿੱਚ ਸਬਸਿਡੀ ਨੂੰ ਘਟਾਇਆ, ਨਾ ਅਸੀਂ ਐਗਰੀਕਲਚਰਲ ਸੈਕਟਰ ਦੇ ਵਿੱਚ ਕੋਈ ਸਬਸਿਡੀ ਘਟਾਈ ਆ। ਡੋਮੈਸਟਿਕ ਦੇ ਵਿੱਚ ਵੀ 600 ਯੂਨਿਟ ਦੇ ਰਹੇ ਹਾਂ ਔਰ ਸਾਡੇ ਕੋਲ ਬਿਜਲੀ ਦੀ ਕੋਈ ਵੀ ਕਮੀ ਨਹੀਂ। ਹਾਂਜੀ, ਥੈਂਕ ਯੂ।